ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕਮ ਜੀ तमाम ਦੋਸਤਾਂ ਨੂੰ YouTube ਚੈਨਲ ਲਈ ਟਰੈਕਟਰ ਵਿੱਚ ਖੁਸ਼ ਆਮਦੀਦ ਅਸੀਂ ਆਖਨੇ ਆ ਜੀ ਤਾਂ ਦੋਸਤੋ ਫਾਰ ਸੇਲ ਟਰੈਕਟਰ ਹੈ MF 385 ਮਾਡਲ ਹੈ ਜੀ 2001 ਦੋਸਤੋ ਪਰਕਨ ਇੰਜਨ ਦੇ ਵਿੱਚ ਟਰੈਕਟਰ ਹੈ ਜੀ ਤਾਂ ਅਸੀਂ ਇਸ ਦਾ ਰਿਵਿਊ ਕਰ ਰਹੇ ਹਾਂ ਇਸ ਤੋਂ ਪਹਿਲੇ ਜਿਹੜੇ ਸਾਡੇ ਦੋਸਤ ਚੈਨਲ ਤੇ ਨਵੇਂ ਆਇਆ ਫਸਟ ਟਾਈਮ ਆਇਆ ਇਬਰਾਹਿਮ ਮਿਹਰਬਾਨੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਹਰ ਨਵੀਂ ਇਨਫਾਰਮੇਸ਼ਨ ਔਰ ਹਰ ਨਵਾਂ ਟਰੈਕਟਰ ਹੋਂ ਤੱਕ ਪਹੁੰਚਦਾ ਰਹੇ ਤਾਂ ਦੋਸਤੋ ਇਹ 85 ਹੌਸਪਾਵਰ ਐਮਐਫ 385 ਟਰੈਕਟਰ ਹੈ ਜੀ ਪਰਕਣੀ ਜੰਦੇ ਵਿੱਚ ਇਹ ਤੁਸੀਂ ਸ਼ੋਅ ਔਰ ਪੇਟੀ ਸ਼ੋਅ ਟਰੈਕਟਰ ਦਾ ਦੇਖ ਸਕਦੇ ਹੋ ਮਲਕ ਦੇ ਬਕੌਲ ਤਾਂ ਜੀ ਜੈਨੂਨ ਨੇ ਲੇਕਨ ਮੌਕੇ ਤੇ ਜਾ ਕੇ ਕਲੀਅਰ ਹੋਏਗਾ ਕਿ ਕੰਡੀਸ਼ਨ ਕੀ ਹੈ ਇਹਦੀ ਆਇਆ ਕਿ ਜਨੂਨ ਹੈ ਜਾਂ ਤਬਦੀਲ ਹੈ ਇੰਜਨ ਪੰਪ ਮਾਲਕ ਦੇ ਬਕੌਲ ਬਿਲਕੁਲ ਓਕੇ ਹੈ ਟਰੈਕਟਰ ਦਾ ਹਰ ਹਵਾਲੇ ਨਾਲ ਗੇਰ ਹਿੱਸੇ ਦਾ ਟਰੈਕਟਰ ਅੱਛਾ ਹੈ ਔਰ ਇਹ ਪਰਕਨ ਇੰਜਨ ਦਾ ਤੁਸੀਂ ਮੋਨੋਗ੍ਰਾਮ ਹੀ ਦੇਖ ਲਓ ਖੁਸ਼ ਆਬ ਦਾ ਦੋਸਤੋ ਨੰਬਰ ਲੱਗਿਆ ਹੋਇਆ ਮਾਲਕ ਦੇ ਬਕੌਲ ਦੀ ਪਹਿਲੇ ਮਾਲਕ ਦੇ ਕੋਲ ਟਰੈਕਟਰ ਹੈ ਔਰ ਟਰੈਕਟਰ ਦੀ ਜਿਹੜੀ ਓਵਰ ਆਲ ਕੰਡੀਸ਼ਨ ਹੈ ਅੱਛੀ ਹੈ ਸੈਲਫ ਸਟਾਰਟ ਟਰੈਕਟਰ ਜੀ ਛੱਤ ਡਰੋ ਬਾਰ ਟਰੈਕਟਰ ਦੇ ਨਾਲ ਹੋਏਗੀ ਔਰ ਟਾਇਰਾਂ ਦੀ ਕੰਡੀਸ਼ਨ ਤੁਸੀਂ ਕਰੀਬ ਦੇਖ ਲਓ ਅੱਛੀ ਕੰਡੀਸ਼ਨ ਦੇ ਵਿੱਚ ਹੈ ਤਾਂ ਦੋਸਤੋ ਡਿਮਾਂਡ ਦੀ ਗੱਲ ਕਰੀਏ ਤਾਂ ਇਸ ਟਰੈਕਟਰ ਦੀ ਡਿਮਾਂਡ ਮਾਲਕ ਕਰ ਰਿਹਾ ਜੀ 13.5 ਲੱਖ ਰੁਪਏ ਸ਼ਾਇਦ ਮੌਕੇ ਤੇ ਕੁਝ ਕਮੀ ਬੇਸ਼ੀ ਵੀ ਹੋ ਸਕੇ ਤਾਂ ਜਿਹੜਾ ਕੋਈ ਦੋਸਤ ਇਸ ਟਰੈਕਟਰ ਚ ਇੰਟਰਸਟਡ ਹੋਵੇ ਟਰੈਕਟਰ ਦੀ ਜਿਹੜੀ ਲੋਕੇਸ਼ਨ ਹੈ ਜੀ ਖੁਸ਼ਾਬ ਚੋਰਾਬਾਦ ਦੇ ਵਿੱਚ ਅੱਜ ਦੀ ਤਾਰੀਖ ਅੱਜ ਦੀ ਡੇਟ 12 ਅਕਤੂਬਰ 2021 ਟਰੈਕਟਰ ਇਸ ਟਾਈਮ ਮੌਜੂਦ ਹੈ ਤਾਂ ਰੱਪਤਾ ਨੰਬਰ ਮੈਂ ਡਿਸਕ੍ਰਿਪਸ਼ਨ ਦੇ ਰਿਹਾ ਜਿਹੜਾ ਕੋਈ ਦੋਸਤ ਇੰਟਰਸਟਿਡ ਹੋਵੇ ਮਾਲਕ ਨਾਲ ਡੀਲ ਕਰ ਸਕਦਾ ਤਾਂ ਦੋਸਤੋ ਇਨਫਾਰਮੇਸ਼ਨ ਅਗਰ ਅੱਛੀ ਲੱਗੇ ਤੈਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਫਿਰ ਮਿਲਾਂਗੇ ਜਜ਼ਾ ਦਿਓ ਅੱਲਾਹ ਹਾਫਿਜ਼